ਸਪੋਜ਼ ਕਰੋ ਸਾਊਥ ਵੈਸਟ ਵਿੱਚ ਮਤਲਬ ਕਿ ਪਹਿਲਾਂ ਸੈਪਟਿਕ ਟੈਂਕ ਭਰ ਗਿਆ ਅਤੇ ਉਸਨੇ ਉਸ ਬਿਲਡਿੰਗ ਤਾਂ ਹੈਗੀ ਇਹ ਉਹਦਾ ਸੈਪਟਿਕ ਟੈਂਕ ਉਹਨੇ ਸਾਊਥ ਵੈਸਟ ਬਣਾਤਾ ਮਤਲਬ ਕਿ ਸਾਰਾ ਗਟਰ ਆ ਕੇ ਸਾਊਥ ਵੈਸਟ ਗਿਰ ਗਿਆ ਤਾਂ ਵੀ ਸਾਰੀ ਬਿਲਡਿੰਗ 'ਤੇ ਇਫੈਕਟ ਆਏਗਾ। ਨੇਟਿਵ 'ਚ ਬਣ ਗਿਆ ਉਹ ਕੋਈ ਐਸੀ ਚੀਜ਼ ਉਹਨੇ ਬਣਾਤੀ ਉੱਪਰ ਕਰਤੀ ਤਾਂ ਉਹਦੀ ਬਿਲਡਿੰਗ 'ਤੇ ਉਸੇ ਤਾਂ ਆਏਗਾ ਹੀ ਆਏਗਾ ਤਾਂ ਪੂਰੀ ਬਿਲਡਿੰਗ ਕਿਉਂਕਿ ਪੂਰੀ ਬਿਲਡਿੰਗ ਦਾ ਇੱਕ ਹੁੰਦਾ ਪਹਿਲਾਂ ਤਾਂ ਉਸਨੂੰ ਘਰੋਂ ਕਰੇਗਾ ਜਿੱਥੇ ਉਹ ਹੈਗਾ ਊਰਜਾ ਨੂੰ। ਫਿਰ ਮੈਨੇ ਆਪਕੋ ਕਿਆ ਬਤਾਇਆ ਕਿ ਊਰਜਾ ਬਢੇਗੀ ਲਾਭ ਕਰੇਗੀ ਉਹ ਕਹੇ ਪਤਾ ਕਿ ਜਬ ਕੋਈ ਚੀਜ਼ ਖਾਣੀ ਸ਼ੁਰੂ ਕਰ ਦਿੱਤਾ ਨਾ ਮਾਸ ਖਾਣਾ ਸ਼ੁਰੂ ਕਰ ਦਿੱਤਾ ਫਿਰ ਉਹ ਅਗਲੇ ਦਿਨ ਵੀ ਖਾਤਾ ਉਸਕੇ ਲਲਕ ਆ ਜਾਤੀ ਸਵਾਦ ਆ ਜਾਤਾ ਉਸਕੋ ਪਹਿਲੇ ਉਸ ਘਰ ਕੋ ਰਿਸਰਵ ਕਰੇਗਾ ਉਸ ਏਰੀਏ ਕੋ ਫਿਰ ਉਸ ਏਰੀਏ ਕੋ ਕਰਨੇ ਕੇ ਬਾਅਦ ਫਿਰ ਉਹ ਨੀਚੇ ਵਾਲੇ ਏਰੀਏ ਕੋ ਕਰੇਗਾ ਫਿਰ ਨੀਚੇ ਵਾਲੇ ਕੋ ਕਰੇਗਾ ਫਿਰ ਨੀਚੇ ਵਾਲੇ ਕੋ ਮਤਲਬ ਕਿ ਉਸਕਾ ਫੈਲਾਅ ਬਢੇਗਾ। ਮੇਰਾ ਨਾਮ ਤੇਜਸਵਿਨੀ ਹੈ, ਮੈਂ ਪੂਨਾ ਸੇ ਆਈ ਹੂੰ। ਮੈਨੇ ਵਾਸਤੂ ਕਾ ਕੋਰਸ ਪਹਿਲੇ ਵੀ ਕੀਆ ਹੈ ਔਰ ਪ੍ਰੈਕਟਿਸ ਵੀ ਕਰ ਰਹੀ ਥੀ ਪਰ ਕੁਛ ਰਿਜ਼ਲਟਸ ਨਹੀਂ ਮਿਲ ਰਹੇ ਥੇ ਔਰ ਕੁਛ ਸੈਟਿਸਫੈਕਸ਼ਨ ਸਾ ਨਹੀਂ ਹੋ ਰਹਾ ਥਾ ਕਿ ਕਰਨੇ ਕੇ ਬਾਅਦ ਖੁਦ ਕੋ ਹੀ ਲੱਗ ਰਹਾ ਥਾ ਕਿ ਕੁਛ ਤੋ ਮਿਸਿੰਗ ਹੈ ਐਂਡ ਵੋ ਉਸ ਚੀਜ਼ ਕੋ ਢੂੰਢਦੇ ਢੂੰਢਦੇ ਮੈਨੇ ਸਰਬਜੀਤ ਸਰ ਕਾ ਇੱਕ ਯੂਟਿਊਬ ਪਰ ਵੀਡੀਓ ਦੇਖਾ ਐਂਡ ਜੋ ਕਿ ਰਿਵਰਸ ਇੰਜੀਨੀਅਰਿੰਗ ਕੇ ਬਾਰੇ ਮੈਂ ਥਾ ਵੋ ਮੈਨੇ ਏਕ ਦੋ ਕੇਸਿਸ ਮੈਂ ਅਪਲਾਈ ਕੀਆ ਔਰ ਮੁਝੇ ਵਹਾਂ ਸੇ ਰਿਜ਼ਲਟਸ ਮਿਲੇ ਵੋ ਜਬ ਮੁਝੇ ਰਿਜ਼ਲਟਸ ਮਿਲੇ ਤੋ ਮੁਝੇ ਲਗਾ ਕਿ ਕੁਛ ਤੋ ਹੈ ਇਨਕੇ ਪਾਸ ਜੋ ਚੀਜ਼ੇ ਅਭੀ ਤੱਕ ਮੁਝੇ ਰਿਜ਼ਲਟਸ ਨਹੀਂ ਦੇ ਰਹੀ ਥੀ ਜਾਂ ਜੈਸੇ ਬਤਾਇਆ ਗਿਆ ਥਾ ਵੈਸਾ ਨਹੀਂ ਮਿਲ ਰਹਾ ਹੈ ਤੋ ਕੁਛ ਤੋ ਖਾਸੀਅਤ ਹੈ ਇਨਕੇ ਕੋਰਸ ਮੈਂ ਤਾਂ ਮੈਨੇ ਸਰ ਕੋ ਕੋਂਟੈਕਟ ਕੀਆ ਔਰ ਜਬ ਮੈਂ ਯਹਾਂ ਪੇ ਆਈ ਤੋ ਜੋ ਜੋ ਮੇਰੇ ਮਨ ਮੈਂ ਮੇਰੇ ਘਰ ਮੈਂ ਜੋ ਚੀਜ਼ੇ ਮੁਝੇ ਸਵਾਲ ਪੈਦਾ ਕਰ ਰਹੀ ਥੀ ਜੋ ਮੈਨੇ ਕ੍ਰੀਏਸ਼ਨ ਔਰ ਰਿਵਰਸ ਇੰਜੀਨੀਅਰਿੰਗ ਕੇ ਬਾਰੇ ਮੈਂ ਜੋ ਪੜ੍ਹਾ ਤੋ ਮੁਝੇ ਪੂਛਣੇ ਕੀ ਜ਼ਰੂਰਤ ਨਹੀਂ ਪੜੀ ਮੁਝੇ ਵੋ ਆਨਸਰ ਖੁਦ ਬ ਖੁਦ ਮਿਲ ਗਏ ਕਿ ਕਹਾਂ ਪੇ ਮੁਝੇ ਪ੍ਰੋਬਲਮ ਆ ਰਹੀ ਹੈ ਔਰ ਸਰ ਕੀ ਇਹ ਜੋ ਬੁੱਕ ਹੈ ਕਿਉਂਕਿ ਇਸ ਮੈਂ ਜੋ ਪੰਜ ਤੱਤਵੋਂ ਕੀ ਜੋ ਜਾਣਕਾਰੀ ਹੈ ਜਾਂ ਰਿਵਰਸ ਇੰਜੀਨੀਅਰਿੰਗ ਕ੍ਰੀਏਸ਼ਨ ਵੀ ਹੋਤੀ ਹੈ ਵਾਸਤੂ ਮੈਂ ਵੋ ਮੁਝੇ ਬੜੀ ਹੈਰਾਨਗੀ ਹੋਈ ਹੈ ਬੁੱਕ ਪੜ੍ਹਨੇ ਕੇ ਬਾਅਦ ਕਿ ਵਾਸਤੂ ਮੈਂ ਹਮ ਕ੍ਰੀਏਟ ਵੀ ਕਰ ਸਕਤੇ ਬੈਲੈਂਸ ਤੋ ਕਰ ਸਕਤੇ ਹੈ ਬਲੋਕ ਕਰ ਸਕਤੇ ਹੈ ਇਹ ਤੋ ਮੈਨੇ ਪੜ੍ਹਾ ਥਾ ਸੁਨਾ ਵੀ ਥਾ ਲੇਕਿਨ ਕ੍ਰੀਏਟ ਵੀ ਕਰ ਸਕਤੇ ਹੈ ਵੋ ਮੁਝੇ ਯਹਾਂ ਪੇ ਆ ਕੇ ਪਤਾ ਚਲਾ ਸੋ ਆਈ ਐਮ ਵੈਰੀ ਥੈਂਕਫੁਲ ਟੂ ਸਰ।